हेलो दोस्तों, स्वागत है तुहाडा साडे यूट्यूब चैनल एग्जाम स्टडी विद जॉब अलर्ट विच। इहदा अगला पार्ट है जी, मास्टर केडर सब्जेक्ट है हिस्टरी। 25वां प्रैक्टिस सैट नवे प्रश्न लेके आए हाँ। स्टार्ट करने तो पहले जेकर तुसीं साडे चैनल नूं सबसक्राइब नहीं किया, चैनल नूं सबसक्राइब जरूर कर लियो तां जो तुहानूं मास्टर केडर हिस्टरी अते SST दे क्वेश्चन है जो मिलते रहन। बाकी दे पार्ट ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ, ਟਾਈਟਲ ਵਾਈਜ਼ ਆ ਤੁਸੀਂ ਸੈੱਟ ਕੀਤੇ ਹੋਏ ਨੇ। ਤਾਂ ਚਲੋ ਜੀ ਸਟਾਰਟ ਕਰਦੇ ਹਾਂ ਮਾਸਟਰ ਕੇਡਰ ਹਿਸਟਰੀ। ਪਹਿਲਾ ਪ੍ਰਸ਼ਨ ਹੈ, ਗੁਲਾਮ ਵੰਸ਼ ਦਾ ਸ਼ਾਸਕ ਅਲਾਉਦੀਨ ਮਸੂਦ ਸ਼ਾਹ ਕਿਸ ਪਰਿਵਾਰ ਨਾਲ ਸੰਬੰਧਿਤ ਸੀ? ਤਾਂ ਇਹ ਸੀਗਾ ਜੀ ਇਲਤੁਤਮਿਸ ਦੇ ਪਰਿਵਾਰ ਨਾਲ ਅਲਾਉਦੀਨ ਮਸੂਦ ਸ਼ਾਹ ਸੀ ਜਿਹੜਾ ਉਹ ਸੰਬੰਧਿਤ ਸੀਗਾ, ਗੁਲਾਮ ਵੰਸ਼ ਦਾ ਇਹ ਸ਼ਾਸਕ ਸੀ। ਅਗਲਾ ਪ੍ਰਸ਼ਨ ਹੈ, ਸਲਤਨਤ ਕਾਲ ਵਿੱਚ ਵਿਦਵਾਨਾਂ ਅਤੇ ਧਾਰਮਿਕ ਲੋਕਾਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਆਰਥਿਕ ਸਹਾਇਤਾ ਕੀ ਕਹਾਉਂਦੀ ਸੀ ਜਾਂ ਕੀ ਕਹਾਉਂਦੀ ਹੈ? ਕੁਐਸਚਨ ਦੁਬਾਰਾ ਰਿਪੀਟ ਕਰ ਦਿੰਦੇ ਹਾਂ, ਸਲਤਨਤ ਕਾਲ ਵਿੱਚ ਵਿਦਵਾਨਾਂ ਅਤੇ ਧਾਰਮਿਕ ਲੋਕਾਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਆਰਥਿਕ ਸਹਾਇਤਾ ਕੀ ਕਹਾਉਂਦੀ ਸੀ? ਤਾਂ ਉਹ ਕਿਹਾ ਜਾਂਦਾ ਸੀਗਾ ਜੀ ਇਦਰਾਰ। ਅਗਲਾ ਪ੍ਰਸ਼ਨ ਹੈ, ਅਕਬਰ ਨੇ 1562 ਵਿੱਚ ਮੇੜਤਾ ਉੱਤੇ ਸਰਫੁਦੀਨ ਦੀ ਸਰਪ੍ਰਸਤੀ ਵਿੱਚ ਜਿੱਤ ਪ੍ਰਾਪਤ ਕੀਤੀ, ਉੱਥੋਂ ਦਾ ਸ਼ਾਸਕ ਕੌਣ ਸੀ? ਜਦੋਂ ਅਕਬਰ ਨੇ 1562 ਵਿੱਚ ਮੇੜਤਾ ਉੱਤੇ ਆਈ ਜੋ ਜਿੱਤ ਪ੍ਰਾਪਤ ਕੀਤੀ ਸੀ ਤਾਂ ਉੱਥੋਂ ਦਾ ਸ਼ਾਸਕ ਕੌਣ ਸੀਗਾ? ਤਾਂ ਉਹ ਸੀਗਾ ਜੀ ਜੈਮਲ, ਜੈਮਲ ਉੱਥੋਂ ਦਾ ਸ਼ਾਸਕ ਸੀਗਾ। ਅਗਲਾ ਪ੍ਰਸ਼ਨ ਹੈ, ਐਗਲੋ ਇੰਡੀਅਨ ਹਿੰਦੂ ਐਸੋਸੀਏਸ਼ਨ ਦੀ ਸਥਾਪਨਾ ਕਿਸਨੇ ਕੀਤੀ ਸੀ? ਇਹਦਾ ਆਨਸਰ ਹੈ ਜੀ ਹੈਨਰੀ ਵਿਵੀਅਨ ਡੇਰੋਜੀਓ ਨੇ, ਐਂਗਲੋ ਇੰਡੀਅਨ ਹਿੰਦੂ ਐਸੋਸੀਏਸ਼ਨ ਦੀ ਹੈ ਜੋ ਸਥਾਪਨਾ ਕੀਤੀ ਸੀ। ਅਗਲਾ ਪ੍ਰਸ਼ਨ ਹੈ, ਮਹਾਤਮਾ ਬੁੱਧ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਅਵਸ਼ੇਸ਼ 'ਤੇ ਕਿੰਨੇ ਸਤੂਪਾਂ ਦਾ ਨਿਰਮਾਣ ਕੀਤਾ ਗਿਆ ਸੀ? ਜਦੋਂ ਮਹਾਤਮਾ ਬੁੱਧ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਜੋ ਅਵਸ਼ੇਸ਼ ਸੀਗੇ ਉਹਨਾਂ 'ਤੇ ਕਿੰਨੇ ਸਤੂਪਾਂ ਦਾ ਨਿਰਮਾਣ ਹੈ ਕੀਤਾ ਗਿਆ ਸੀ? ਤਾਂ ਇਹ ਕੀਤਾ ਗਿਆ ਸੀਗਾ ਜੀ 8 ਸਤੂਪਾਂ ਦਾ। ਅਗਲਾ ਪ੍ਰਸ਼ਨ ਹੈ, ਗੁਪਤੋਤਰ ਕਾਲ ਵਿੱਚ ਰਾਜੇ ਦੁਆਰਾ ਪ੍ਰਦਤ ਭੂਮੀ ਅਨੁਦਾਨਾਂ ਦੇ ਆਗਿਆ ਪੱਤਰ ਕੀ ਕਹਿਲਾਉਂਦੇ ਸੀ? ਤਾਂ ਇਹ ਕਹਿਲਾਉਂਦੇ ਸੀਗੇ ਜੀ ਸ਼ਾਸਨ ਪੱਤਰ। ਅਗਲਾ ਪ੍ਰਸ਼ਨ ਹੈ, ਕਿਸ ਇਮਾਰਤ ਨੂੰ ਤਾਜ ਮਹਿਲ ਦੀ ਫੂਹੜ ਨਕਲ ਕਿਹਾ ਜਾਂਦਾ ਹੈ? ਉਹ ਕਿਹੜੀ ਇਮਾਰਤ ਹੈ ਜਿਸ ਨੂੰ ਤਾਜ ਮਹਿਲ ਦੀ ਫੂਹੜ ਨਕਲ ਕਿਹਾ ਜਾਂਦਾ ਹੈ? ਤਾਂ ਇਮਾਰਤ ਹੈ ਜੀ ਬੀਬੀ ਦਾ ਮਕਬਰਾ, ਜਿਸ ਨੂੰ ਤਾਜ ਮਹਿਲ ਦੀ ਫੂਹੜ ਨਕਲ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਹਜੂਬ ਦਫ਼ਤਰ ਕੀ ਸੀ? ਤਾਂ ਇਹ ਸੀਗਾ ਜੀ ਪੇਸ਼ਵਾ ਦਾ ਸੁਚਾਲਿਆ ਜਾਂ ਸਚਿਵਾਲਿਆ, ਹਜ਼ੂਰ ਦਫ਼ਤਰ ਨੂੰ ਕਿਹਾ ਜਾਂਦਾ ਸੀ। ਲਿੰਗਾਇਤ ਸੰਪਰਦਾਇ ਦੇ ਅਨੁਯਾਈ ਕਿਸ ਦੇਵਤਾ ਦੇ ਉਪਾਸਕ ਸਨ? ਤਾਂ ਉਹ ਸਨ ਜੀ ਸ਼ਿਵ ਦੇਵਤਾ ਦੇ ਉਪਾਸਕ ਸੀਗੇ ਜੋ ਲਿੰਗਾਇਤ ਸੰਪਰਦਾਇ ਹੋਈ ਆ ਉਹਦੇ ਅਨੁਯਾਈ। ਅਗਲਾ ਪ੍ਰਸ਼ਨ ਹੈ, ਦੀਵਾਨੇ ਇਹ ਦਿਸ਼ਾ ਦਾ ਕੀ ਕੰਮ ਸੀ? ਤਾਂ ਇਹ ਸੀਗਾ ਜੀ ਪੱਤਰ ਵਿਹਾਰ ਦਾ ਕੰਮ ਕਰਨਾ, ਦੀਵਾਨੇ ਦਿਸ਼ਾ ਦਾ ਕੰਮ ਸੀ। ਦਿੱਲੀ ਸਲਤਨਤ ਦਾ ਉਹ ਕਿਹੜਾ ਸੁਲਤਾਨ ਸੀ ਜਿਸ ਨੇ ਇੱਕ ਅਕਾਲ ਸੰਹਿਤਾ ਤਿਆਰ ਕੀਤਾ ਸੀ?
ਤਾਂ ਉਹ ਸੀਗਾ ਜੀ ਮੁਹੰਮਦ ਬਿਨ ਤੁਗਲਕ। ਅਗਲਾ ਪ੍ਰਸ਼ਨ ਹੈ, ਹੜੱਪਾ ਕਾਲੀਨ ਸੱਭਿਅਤਾ ਮਾਨਵ ਇਤਿਹਾਸ ਦੇ ਕਿਸ ਯੁੱਗ ਨਾਲ ਸੰਬੰਧਿਤ ਹੈ? ਤਾਂ ਇਹ ਹੈ ਜੀ ਕਾਂਸੇ ਦੇ ਯੁੱਗ ਨਾਲ ਜਾਂ ਤਾਮਰ ਯੁੱਗ ਨਾਲ। ਹੜੱਪਾ ਕਾਲੀਨ ਦੀ ਮਾਨਵ ਹੜੱਪਾ ਕਾਲੀਨ ਸੱਭਿਅਤਾ ਮਾਨਵ ਇਤਿਹਾਸ ਦੇ ਕਾਂਸੇ ਜਾਂ ਤਾਮਰ ਯੁੱਗ ਨਾਲ ਸੰਬੰਧਿਤ ਹੈ ਜੀ। ਅਗਲਾ ਪ੍ਰਸ਼ਨ ਹੈ, ਮਿਲਿੰਦ ਪਨਹੋ ਦੇ ਪਾਤਰ ਹਨ ਕੌਣ ਕੌਣ? ਪਾਤਰ ਸੀ ਮਿਲਿੰਦ ਪਨਹੋ ਦੇ, ਤਾਂ ਉਹ ਸਨ ਜੀ ਨਾਗਸੇਨ ਅਤੇ ਮਿਨਾਂਡਰ। ਇਹ ਦੋ ਵਿਅਕਤੀ ਹੈ ਜੋ ਜਾਂ ਦੋ ਪਾਤਰ ਸਨ ਮਿਲਿੰਦ ਪਨਹੋ ਦੇ। ਅਗਲਾ ਪ੍ਰਸ਼ਨ ਹੈ, ਪੱਲਵ ਚੌਲ ਮੰਦਿਰ ਕਲਾ ਸ਼ੈਲੀ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਤਾਂ ਇਹ ਜਾਣਿਆ ਜਾਂਦਾ ਹੈ ਜੀ ਦ੍ਰਾਵਿੜ ਸ਼ੈਲੀ ਦੇ ਨਾਮ ਨਾਲ। ਕਲਿਆਣੀ ਦੇ ਚਾਲੁਕਿਆ ਦੇ ਸਭ ਤੋਂ ਪ੍ਰਬਲ ਸ਼ਤਰੂ ਕੌਣ ਸੀ? ਤਾਂ ਉਹ ਸਨ ਜੀ ਤੰਜਾਵਰ ਦੇ ਚੌਲ। ਚਾਲੁਕਿਆ ਦੇ ਸਭ ਤੋਂ ਪ੍ਰਬਲ ਸ਼ਤਰੂ ਸਨ। ਉਹ ਕੌਣ ਸੁਲਤਾਨ ਸੀ ਜੋ ਖੁਦ ਨੂੰ ਨਾਇਬ ਏ ਖੁਦਾਈ ਯਾਨੀ ਕਿ ਈਸ਼ਵਰ ਦਾ ਪ੍ਰਤੀਨਿਧੀ ਕਹਿੰਦਾ ਸੀ? ਤਾਂ ਉਹ ਸੀਗਾ ਜੀ ਬਲਬਨ, ਜੋ ਆਪਣੇ ਆਪ ਨੂੰ ਈਸ਼ਵਰ ਦਾ ਪ੍ਰਤੀਨਿਧੀ ਕਹਿੰਦਾ ਸੀ। ਅਗਲਾ ਪ੍ਰਸ਼ਨ ਹੈ, ਰਾਜਮਨਾਮਾ ਦੇ ਨਾਲ ਕਿਸ ਸੰਸਕ੍ਰਿਤ ਗ੍ਰੰਥ ਦਾ ਅਨੁਵਾਦ ਕੀਤਾ ਗਿਆ ਹੈ? ਤਾਂ ਇਹ ਕੀਤਾ ਗਿਆ ਹੈ ਜੀ ਮਹਾਭਾਰਤ ਦਾ। ਅਗਲਾ ਪ੍ਰਸ਼ਨ ਹੈ, ਈਰਾਨ ਦੀ ਸੀਮਾ ਦੇ ਕੋਲ ਸਥਿਤ ਹੜੱਪਾ ਕਾਲੀਨ ਪ੍ਰਮੁੱਖ ਸਥਲ ਦਾ ਕੀ ਨਾਂ ਹੈ? ਤਾਂ ਉਹ ਹੈ ਜੀ ਸੁਕਤਾ ਗੰਡੋਰ, ਉਸ ਸਥਲ ਦਾ ਨਾਮ ਹੈ ਜੋ ਈਰਾਨ ਦੀ ਸੀਮਾ ਦੇ ਕੋਲ ਹੜੱਪਾ ਕਾਲੀਨ ਦਾ ਪ੍ਰਮੁੱਖ ਸਥਲ ਹੈ। ਅਗਲਾ ਪ੍ਰਸ਼ਨ ਹੈ, ਨਵੀਨਤਮ ਹੜੱਪਾ ਕਾਲੀਨ ਸਥਲ ਧੋਲਾਵੀਰਾ ਕਿਸ ਰਾਜ ਵਿੱਚ ਖੋਜਿਆ ਗਿਆ ਹੈ? ਤਾਂ ਇਹ ਖੋਜਿਆ ਗਿਆ ਹੈ ਜੀ ਗੁਜਰਾਤ ਵਿੱਚ। ਅਗਲਾ ਪ੍ਰਸ਼ਨ ਹੈ, ਲੋਹਗੜ੍ਹ ਦਾ ਕਿਲ੍ਹਾ ਕਿਸਨੇ ਬਣਵਾਇਆ ਸੀ? ਤਾਂ ਇਹ ਬਣਵਾਇਆ ਸੀਗਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਕਸ਼ਮੀਰ ਦੇ ਮਾਰਤੰਡ ਮੰਦਰ ਦੇ ਸੰਸਥਾਪਕ ਕੌਣ ਸਨ? ਕਸ਼ਮੀਰ ਦਾ ਜੋ ਮਾਰਤੰਡ ਮੰਦਰ ਹੈ, ਇਸ ਦੀ ਸਥਾਪਨਾ ਕਿਸਨੇ ਕੀਤੀ ਸੀ ਜਾਂ ਇਸ ਦੇ ਸੰਸਥਾਪਕ ਕੌਣ ਸਨ? ਤਾਂ ਉਹ ਸਨ ਜੀ ਲਲਿਤਾਦਿੱਤ ਮੁਕਤਪੀਡ, ਮਾਰਤੰਡ ਮੰਦਰ ਦੇ ਸੰਸਥਾਪਕ ਸਨ। ਰਿਗਵੇਦ ਵਿੱਚ ਕਿਸ ਅਪਰਾਧ ਦਾ ਸਭ ਤੋਂ ਜ਼ਿਆਦਾ ਉਲੇਖ ਕੀਤਾ ਗਿਆ ਹੈ? ਤਾਂ ਇਹ ਕੀਤਾ ਗਿਆ ਹੈ ਜੀ ਪਸ਼ੂ ਚੋਰੀ ਦਾ। ਅਗਲਾ ਪ੍ਰਸ਼ਨ ਹੈ ਜੀ, ਉੱਤਰ ਵੈਦਿਕ ਕਾਲ ਵਿੱਚ ਸ਼ਾਸਨ ਵਿਵਸਥਾ ਦਾ ਸਧਾਰਨ ਰੂਪ ਕੀ ਸੀ? ਤਾਂ ਉਹ ਸੀਗਾ ਜੀ ਰਾਜਤੰਤਰ। ਉੱਤਰ ਵੈਦਿਕ ਕਾਲ ਵਿੱਚ ਸ਼ਾਸਨ ਵਿਵਸਥਾ ਦਾ ਸਧਾਰਨ ਰੂਪ ਰਾਜਤੰਤਰ ਸੀ। ਅਗਲਾ ਪ੍ਰਸ਼ਨ ਹੈ, ਮੋਰੀਆ ਵੰਸ਼ ਦਾ ਕਿਹੜਾ ਸ਼ਾਸਕ ਬੁਢਾਪੇ ਵਿੱਚ ਜੈਨ ਸੰਤ ਭਦਰਬਾਹੂ ਦੇ ਨਾਲ ਦੱਖਣ ਚਲਾ ਗਿਆ?
ਤਾਂ ਉਹ ਚਲਾ ਗਿਆ ਸੀਗਾ ਜੀ ਚੰਦਰ ਗੁਪਤ ਮੌਰੀਆ ਨਾਲ। ਅਗਲਾ ਪ੍ਰਸ਼ਨ ਹੈ ਜੀ, ਗੁਪਤੋਤਰ ਕਾਲੀਨ ਭੂਮੀ ਵਿਵਸਥਾ ਦੇ ਵਿਰੋਧ ਜਾਂ ਵਿਦਰੋਹ ਸਰੂਪ ਕਿਸ ਧਾਰਮਿਕ ਸੰਪਰਦਾਇ ਦਾ ਜਨਮ ਹੋਇਆ? ਤੈਅ ਹੋਇਆ ਸੀਗੇ ਜੀ ਲਿੰਗਾਇਤ ਸੰਪਰਦਾਇ ਦਾ। ਅਗਲਾ ਪ੍ਰਸ਼ਨ ਹੈ, ਮਨ ਅਤੇ ਯਾਗਵਲਕਿਆ ਸਮ੍ਰਿਤੀਆਂ ਵਿੱਚ ਇਸਤਰੀਆਂ ਨੂੰ ਕਿਸ ਦੇ ਬਰਾਬਰ ਮੰਨਿਆ ਗਿਆ ਹੈ? ਤਾਂ ਇਹ ਮੰਨਿਆ ਗਿਆ ਹੈ ਜੀ ਸੂਦਰਾਂ ਦੇ ਬਰਾਬਰ। ਅਗਲਾ ਪ੍ਰਸ਼ਨ ਹੈ, ਅਗਲਾ ਪ੍ਰਸ਼ਨ ਹੈ ਜੀ, ਮਹਿਮੂਦ ਗਜ਼ਨਵੀ ਨੇ ਭਾਰਤ 'ਤੇ ਪਹਿਲਾ ਅਤੇ ਆਖਰੀ ਹਮਲਾ ਕਦੋਂ ਕੀਤਾ ਸੀ? ਪਹਿਲਾ ਹਮਲਾ ਕੀਤਾ ਸੀਗਾ ਜੀ 1000 ਈਸਵੀ ਵਿੱਚ ਅਤੇ ਆਖਰੀ ਹਮਲਾ 1027 ਈਸਵੀ ਦੇ ਵਿੱਚ ਹੈ ਜੋ ਮਹਿਮੂਦ ਗਜ਼ਨਵੀ ਨੇ ਭਾਰਤ 'ਤੇ ਆਪਣਾ ਹਮਲਾ ਕੀਤਾ ਸੀ। ਅਗਲਾ ਪ੍ਰਸ਼ਨ ਹੈ, ਕਿਸ ਜੈਨ ਤੀਰਥੰਕਰ ਨੂੰ ਭਗਵਾਨ ਕ੍ਰਿਸ਼ਨ ਦਾ ਨਿਕਟ ਸੰਬੰਧੀ ਮੰਨਿਆ ਜਾਂਦਾ ਹੈ? ਤਾਂ ਉਹ ਮੰਨਿਆ ਜਾਂਦਾ ਹੈ ਜੀ ਅਰਿਸਟਨੇਮੋ ਨੂੰ ਹੈ ਜੋ ਭਗਵਾਨ ਕ੍ਰਿਸ਼ਨ ਦਾ ਨਿਕਟ ਸੰਬੰਧੀ ਮੰਨਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਜੀ, ਮੌਰੀਆ ਸਾਮਰਾਜ ਵਿੱਚ ਸੀਤਾ ਪ੍ਰਧਾਨ ਕਿਸ ਵਿਭਾਗ ਦਾ ਪ੍ਰਧਾਨ ਹੁੰਦਾ ਸੀ? ਮੌਰੀਆ ਸਾਮਰਾਜ ਵਿੱਚ ਪੁੱਛਿਆ ਗਿਆ ਹੈ ਸੀਤਾ ਪ੍ਰਧਾਨ ਕਿਸ ਵਿਭਾਗ ਦਾ ਪ੍ਰਧਾਨ ਹੁੰਦਾ ਸੀ? ਤਾਂ ਹੁੰਦਾ ਸੀ ਜੀ ਖੇਤੀ ਵਿਭਾਗ ਦਾ। ਅਗਲਾ ਪ੍ਰਸ਼ਨ ਹੈ, ਅਲਾਉਦੀਨ ਖਿਲਜੀ ਨੇ ਕਿਸ ਪ੍ਰਦੇਸ਼ ਤੋਂ ਅਪਾਰ ਧਨ ਪ੍ਰਾਪਤ ਕਰਕੇ ਸਲਤਨਤ ਦੀ ਰਾਜਗੱਦੀ 'ਤੇ ਅਧਿਕਾਰ ਕੀਤਾ ਸੀ? ਤਾਂ ਉਹ ਕੀਤਾ ਸੀਗਾ ਜੀ ਦੇਵਗਿਰੀ ਤੋਂ। ਅਗਲਾ ਪ੍ਰਸ਼ਨ ਹੈ, ਜੌਨਪੁਰ ਦੇ ਸੁਲਤਾਨ ਨੇ ਸ਼ਰਕੀ ਉਪਾਧੀ ਨੂੰ ਕਿਸ ਕਾਰਨ ਧਾਰਨ ਕੀਤਾ? ਤੈਅ ਕੀਤਾ ਸੀਗਾ ਜੀ ਰਾਜਵੰਸ਼ ਦੇ ਸੰਸਥਾਪਕ ਮਲਿਕ ਸਰਬਰ ਨੂੰ ਉਪਾਧੀ ਨਾਲ ਸਨਮਾਨਿਤ ਕੀਤਾ ਸੀ। ਅਗਲਾ ਪ੍ਰਸ਼ਨ ਹੈ, ਮੁਗਲ ਸਾਮਰਾਜ ਦੇ ਪ੍ਰਾਂਤਾਂ ਵਿੱਚ ਵਿਭਾਜਨ ਸਭ ਤੋਂ ਪਹਿਲਾਂ ਕਿਸ ਨੇ ਕੀਤਾ? ਤੈਅ ਕੀਤਾ ਸੀਗਾ ਜੀ ਅਕਬਰ ਨੇ। ਰਾਸ਼ਟਰਕੂਟ ਕਿਸ ਰਾਜਵੰਸ਼ ਦਾ ਉੱਤਰਾਧਿਕਾਰੀ ਰਾਜਵੰਸ਼ ਸੀ? ਤਾਂ ਉਹ ਸੀਗਾ ਜੀ ਵਾਕਾਟਕ ਰਾਜਵੰਸ਼ ਦਾ। ਅਗਲਾ ਪ੍ਰਸ਼ਨ ਹੈ, ਮੀਰ ਕਾਸਿਮ ਨੇ ਆਪਣੀ ਰਾਜਧਾਨੀ ਮੁਰਸ਼ਿਦਾਬਾਦ ਤੋਂ ਕਿੱਥੇ ਤਬਦੀਲ ਕੀਤੀ ਸੀ? ਤਾਂ ਉਹ ਕੀਤੀ ਸੀਗੀ ਜੀ ਮੁੰਗੇਰ, ਮੁਰਸ਼ਿਦਾਬਾਦ ਤੋਂ ਮੁੰਗੇਰ ਤਬਦੀਲ ਕੀਤੀ ਸੀ ਮੀਰ ਕਾਸਿਮ ਨੇ ਆਪਣੀ ਰਾਜਧਾਨੀ ਸੀ ਜੋ। ਅਗਲਾ ਪ੍ਰਸ਼ਨ ਹੈ, ਚੋਲ ਸ਼ਾਸਕ ਕਿਸ ਮਤ ਦੇ ਸੰਰਖਕ ਸਨ? ਤਾਂ ਉਹ ਸਨ ਜੀ ਸੈਬ ਮਤ ਦੇ। ਚਿਤੋੜ ਅਭਿਆਨ ਦੌਰਾਨ ਇੱਕ ਫਾਰਸੀ ਇਤਿਹਾਸਕਾਰ ਅਲਾਉਦੀਨ ਖਿਲਜੀ ਦੇ ਨਾਲ ਗਿਆ ਸੀ, ਉਹ ਕੌਣ ਸੀ? ਤਾਂ ਉਹ ਸੀਗਾ ਜੀ ਅਮੀਰ ਖੁਸਰੋ। ਅਗਲਾ ਪ੍ਰਸ਼ਨ ਹੈ, ਹੜੱਪਾ ਸੰਸਕ੍ਰਿਤ ਵਿੱਚ ਘੋੜੇ ਦੀਆਂ ਅਸਥੀਆਂ ਕਿਸ ਸਥਲ ਤੋਂ ਪ੍ਰਾਪਤ ਹੋਈਆਂ ਸਨ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ, ਸੀ ਟੈਟ ਅਤੇ ਪੰਜਾਬ ਟੈਟ ਵਿੱਚ ਵੀ ਕਈ ਵਾਰ ਆ ਚੁੱਕਿਆ ਹੈ ਇਹ ਕੁਐਸਚਨ। ਹੜੱਪਾ ਸੰਸਕ੍ਰਿਤੀ ਵਿੱਚ ਘੋੜੇ ਦੀਆਂ ਅਸਥੀਆਂ ਕਿਸ ਸਥਲ ਤੋਂ ਪ੍ਰਾਪਤ ਹੋਈਆਂ ਸਨ ਜਾਂ ਸਥਾਨ ਤੋਂ ਪ੍ਰਾਪਤ ਹੋਈਆਂ ਸਨ? ਤੈਅ ਹੋਈਆਂ ਸਨ ਜੀ
सुरकोटड़ा तो। सो दोस्तों ये अगले पार्ट के अगले प्रश्न से, ये प्रश्न तुहानूं किदां लगे नीचे कमेंट जरूर करना, वीडियो अगे जरूर शेयर करना। धन्यवाद जी।